ਅੱਜ ਦੀ ਪ੍ਰੈਸ ਕਾਨਫਰੰਸ ਖਾਸ ਤੌਰ 'ਤੇ ਦੋ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਆ। ਸਾਰੇ ਸਾਡੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਸਾਹਿਬਾਨਾਂ ਦੇ ਨਾਲ, ਜੈਦਰ ਸੁੱਚਾ ਸਿੰਘ ਜੀ ਛੋਟੇਪੁਰ ਸਾਹਿਬ, ਬੀਬੀ ਦਿਆਲ ਜੀ ਭੈਣ ਜੀ ਅਤੇ ਸ੍ਰੀ ਅਮਰਜੀਤ ਸਿੰਘ ਜੀ। ਇੱਕ ਤਾਂ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਅੰਤਰੰਗ ਕਮੇਟੀ ਦੀ ਮੀਟਿੰਗ ਸੀ ਹੋਈ ਅੰਮ੍ਰਿਤਸਰ ਵਿੱਚ, ਜਿੱਥੇ ਕੁਝ ਜਿਹੜੇ ਅੰਤਰੰਗ ਕਮੇਟੀ ਦੇ ਮੈਂਬਰ ਸਾਹਿਬਾਨ ਸਨ ਉਹਨਾਂ ਨੇ ਇੱਕ ਮਤਾ ਲੈ ਕੇ ਆਉਂਦਾ ਸੀ ਜਿਹੜਾ ਬੜਾ ਮਹੱਤਵਪੂਰਨ ਆ, ਅਤੇ ਉਸ ਮਤੇ ਦੀ ਭਾਵਨਾ ਸਿੱਖ ਪੰਥ ਦੇ ਜਜ਼ਬੇ ਨਾਲ ਜੁੜੀ ਆ। ਸਿੱਖ ਪੰਥ ਦੇ ਜਿੰਨੇ ਵੀ ਸੰਸਥਾਵਾਂ ਨੇ, ਆਗੂ ਨੇ, ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਚਰਚਾ ਵੀ ਕਰਦੇ ਆ ਰਹੇ ਸਨ ਅਤੇ ਮੰਗ ਵੀ ਕਰਦੇ ਸੀ। ਉਹ ਮਤਾ ਸੀਗਾ ਕਿ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਸਕੱਤਰੇ 'ਤੇ ਆ, ਬਾਕੀ ਸਿੰਘ ਸਾਹਿਬਾਨਾਂ ਦੇ ਕੰਮ ਕਰਨ ਦਾ ਸਾਰਾ ਉਹਨਾਂ ਦਾ ਦਾਇਰਾ ਆ, ਉਹ ਮੁਕੰਮਲ ਤੌਰ 'ਤੇ ਸੁਤੰਤਰ ਹੋਣਾ ਚਾਹੀਦਾ ਅਤੇ ਖੁਦ ਮੁਖਤਿਆਰ ਹੋਣਾ ਚਾਹੀਦਾ। ਇਹ ਅੱਜ ਦੀ ਗੱਲ ਨਹੀਂ, ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਪੰਥ ਦੇ ਪੈਰੋਕਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਬਣਿਆ, ਇਤਰਾਜ਼ ਖੜ੍ਹਾ ਹੋਇਆ ਕਿ ਜਿਹੜੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੁੰਦੀ ਕਹਿ ਲਓ ਜਾਂ ਸੇਵਾ ਕਰਦੀ ਆ, ਜਿਹੜੀ ਮੁੱਖ ਧਿਰ ਹੁੰਦੀ ਆ, ਉਹ ਕਈ ਦਫ਼ਾ ਸਿੰਘ ਸਾਹਿਬਾਨਾਂ ਨੂੰ ਜਾਂ ਜਦ ਕੋਈ ਪੰਥ ਦਾ ਮਸਲਾ ਆਉਂਦਾ ਆ ਆਪਣੇ ਮੁਤਾਬਕ ਉਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। ਇਸ ਗੱਲ ਦਾ ਸਾਰੇ ਸਿੱਖ ਜਗਤ ਨੂੰ ਬੜਾ ਇਤਰਾਜ਼ ਰਿਹਾ। ਇੱਥੇ ਵੀ ਸੰਗਤ, ਵਿਦੇਸ਼ਾਂ ਵਿੱਚ ਵੀ ਸੰਗਤ ਇਹ ਮੰਗ ਕਰਦੀ ਸੀ ਕਿ ਅਕਾਲ ਤਖਤ ਸਾਹਿਬ ਦਾ ਸਕੱਤਰੇਤ, ਸੈਕਰਟੇਰੀਏਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਆਟੋਨਮਸ ਹੋਣਾ ਚਾਹੀਦਾ ਅਤੇ ਉਹਨੂੰ ਫਰੀਡਮ ਹੋਣੀ ਚਾਹੀਦੀ ਆ। ਉਹਨਾਂ ਦਾ ਜਿਹੜਾ ਸਾਰਾ ਦਾਇਰਾ, ਉਹਦੇ ਵਾਸਤੇ ਜਿੰਨੇ ਫੰਡਸ ਦੀ ਲੋੜ ਹੋਵੇ, ਸਪੈਸ਼ਲ ਬਜਟ ਉਹਦਾ ਹੋਣਾ ਚਾਹੀਦਾ, ਫੰਡਸ ਦੀ ਘਾਟ ਨਹੀਂ ਚਾਹੀਦੀ। ਜੇ ਉਹਨਾਂ ਨੂੰ ਸਟਾਫ ਦੀ ਲੋੜ ਹੈ ਤਾਂ ਸਟਾਫ ਮੁਕੰਮਲ ਤੌਰ 'ਤੇ ਪੂਰਾ ਉਹਨਾਂ ਨੂੰ ਮਿਲਣਾ ਚਾਹੀਦਾ, ਤਾਂ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਅਤੇ ਸਭ ਤੋਂ ਉੱਚਾ ਤਖ਼ਤ ਆ ਸਿੱਖ ਪੰਥ ਦਾ। ਤਖ਼ਤ ਤਾਂ ਸਾਰੇ ਹੀ ਬੜੇ ਸਤਿਕਾਰਯੋਗ ਨੇ, ਉੱਚੇ ਨੇ, ਪਰ ਮੀਰੀ ਪੀਰੀ ਦਾ ਸਿਧਾਂਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਾਂ ਨੂੰ ਮਿਲਦਾ ਆ। ਅਤੇ ਸਿੱਖ ਪੰਥ ਦੀ ਰਾਜਨੀਤੀ, ਸਿੱਖ ਪੰਥ ਦਾ ਜਿਹੜਾ ਧਾਰਮਿਕ ਦਾਇਰਾ ਹੈ, ਸਾਰਾ ਆਪਾਂ ਉੱਥੋਂ ਸੇਧ ਲੈ ਕੇ ਚੱਲਦੇ ਹਾਂ, ਜਿਹਨੂੰ ਆਪਾਂ ਮੀਰੀ ਪੀਰੀ ਦਾ ਸਿਧਾਂਤ ਆਖਦੇ ਹਾਂ। ਜਿਵੇਂ ਮਿਸਾਲ ਦੇ ਤੌਰ 'ਤੇ ਕ੍ਰਿਸਚੈਨਿਟੀ ਬਹੁਤ ਵੱਡਾ ਧਰਮ ਹੈ, ਸਭ ਤੋਂ ਵੱਡਾ ਧਰਮ ਹੈ ਦੁਨੀਆ ਦਾ, ਚਲੋ ਸਾਰੀ ਦੁਨੀਆ 'ਚ ਫੈਲਿਆ, ਅਤੇ ਵੈਟੀਕਨ ਦਾ ਜਿਹੜਾ ਉਹਨਾਂ ਦਾ ਦਾਇਰਾ ਆ, ਜਿਹੜਾ ਕ੍ਰਿਸਚੈਨਿਟੀ ਦਾ ਪੋਪ ਆ, ਉਹ ਆਪਣੇ ਆਪ 'ਚ ਇੱਕ ਇੰਡੀਪੈਂਡੈਂਟ ਅਥਾਰਟੀ ਆ। ਉਹਦੇ 'ਤੇ ਉਹਦਾ ਬਜਟ ਵੱਖਰਾ ਆ,
ਉਹਦੇ ਕੋਲ ਪੂਰੀ ਆਟੋਨਮੀ ਆ, ਪੂਰੀ ਉਹਦੇ ਕੋਲ ਆਜ਼ਾਦੀ ਆ, ਅਤੇ ਕੋਈ ਵੀ ਫੈਸਲਾ ਆਪਣੇ ਧਰਮ ਵਾਸਤੇ ਉਹ ਲੈਣਾ ਚਾਹੇ ਉਹ ਕਿਸੇ ਤੋਂ ਪੁੱਛ ਕੇ ਨਹੀਂ ਲੈਂਦਾ। ਜਿਹੜਾ ਪੋਪ ਹੈ, ਚਲੋ ਉਹ ਤਾਂ ਉਹਨਾਂ ਦੀ ਗੱਲ ਹੈ, ਮੈਂ ਵੈਸੇ ਇਹ ਐਗਜ਼ਾਮਪਲ ਦਿੱਤੀ ਆ ਕਰਕੇ। ਆਪਾਂ ਨੂੰ ਅਕਸਰ ਅਸੀਂ ਬਾਹਰ ਜਾਂਦੇ ਹਾਂ, ਆਪਣੇ ਪੰਜਾਬੀ ਗੁਰੂ ਦੀ ਸੰਗਤ ਬਾਹਰ ਬੈਠੀ ਆ, ਉਹ ਸਾਨੂੰ ਇਸ ਗੱਲ ਇੱਦਾਂ ਦੇ ਸਾਨੂੰ ਉਦਾਹਰਣਾਂ ਦੇ ਕੇ ਅਤੇ ਸਾਡੇ ਤੋਂ ਸਵਾਲ ਪੁੱਛਦੇ ਨੇ। ਹੁਣ ਕੱਲ੍ਹ ਦਾ ਜਿਹੜਾ ਮਤਾ ਪੇਸ਼ ਹੋਇਆ, ਉਹਦਾ ਬਹੁਤ ਚਿਰਾਂ ਤੋਂ ਇਹ ਵੀ ਡਿਮਾਂਡ ਆਈ ਆ ਕਿ ਚਾਹੇ ਦਮਦਮੀ ਟਕਸਾਲ ਆ, ਸਿੰਘ ਸਭਾਵਾਂ ਨੇ, ਜਾਂ ਕੋਈ ਮਿਸ਼ਨਰੀਜ਼ ਨੇ, ਜਾਂ ਕੋਈ ਚੀਫ ਖਾਲਸਾ ਦੀਵਾਨ ਆ, ਜਾਂ ਕੋਈ ਵੀ ਧਾਰਮਿਕ ਸੰਸਥਾ ਆ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੀ ਆ, ਪਾਲਣਾ ਕਰਦੀ ਆ, ਅਤੇ ਉਹਨਾਂ ਸਾਰਿਆਂ ਨੂੰ ਸਿੱਖ ਵਿਦਵਾਨਾਂ ਨੂੰ ਸ਼ਾਮਿਲ ਕਰਨਾ ਚਾਹੀਦਾ। ਉਹਦੇ ਵਿੱਚ ਇਤਿਹਾਸਕਾਰ ਵੀ ਹੋਣੇ ਚਾਹੀਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਚਾਹੀਦੇ ਆ। ਮਤਲਬ ਇੱਦਾਂ ਦੀ ਇੱਕ ਜਿਹੜੀ ਪੈਨਲ ਬਣੇ, ਬੋਡੀ ਬਣੇ, ਜਿਹੜੀ ਸਾਰੀ ਦੁਨੀਆ ਵਿੱਚੋਂ ਲੱਭ ਕੇ ਜਾਂ ਸਿਲੈਕਟ ਕਰਕੇ ਕੁਝ ਨਾਮ ਜਿਹੜੇ ਆਪਣੇ ਉਹਦੇ ਲਿਸਟ ਵਿੱਚ ਪੈਨਲ ਵਿੱਚ ਲੈ ਕੇ ਆਉਣ, ਉਹ ਨਾ ਚਾਰ ਹੋ ਸਕਦੇ ਆ, ਪੰਜ ਹੋ ਸਕਦੇ ਆ, ਜਾਂ ਘੱਟ ਵੱਧ ਹੋ ਸਕਦੇ ਆ। ਉਸ ਪੈਨਲ ਵਿੱਚੋਂ ਫਿਰ ਇਹ ਜਿਹੜੀ ਆਪਣੇ ਸਾਰੀਆਂ ਸਭਾਵਾਂ ਦੀ ਪੰਥਕ ਜਿਹੜੀਆਂ ਆਪਣੇ ਅਸਥਾਨਾਂ ਦੀ ਜਾਂ ਜਿਹੜੇ ਆਪਣੇ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਆ, ਉਹਦੇ 'ਚ ਸ਼ੋਰਟ ਲਿਸਟ ਕਰਕੇ ਅਤੇ ਉਹਦੇ 'ਚੋਂ ਸਿਲੈਕਟ ਕਰਨਾ ਚਾਹੀਦਾ ਆ। ਉਹਦੇ 'ਚ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਨੇ, ਜਿਹੜੇ ਪ੍ਰਚਾਰਕ ਨੇ, ਜਿਹੜੇ ਸਿੰਘ ਸਭਾਨ ਨੇ, ਹੈੱਡ ਗ੍ਰੰਥੀ ਸਾਹਿਬਾਨ ਨੇ, ਜਾਂ ਜਿੱਥੇ ਜਿੱਥੇ ਵੀ ਕੋਈ ਸੇਵਾ ਕਰਦਾ, ਜਿਹੜੇ ਧਾਰਮਿਕ ਆਪਣੇ ਇਤਿਹਾਸਕ ਗੁਰੂ ਘਰ ਨੇ, ਉਹਨਾਂ ਵਿੱਚੋਂ ਵੀ ਹੋ ਸਕਦੇ ਆ, ਉਹ ਵੀ ਉਹਨਾਂ ਨੂੰ ਵੀ ਇਹ ਸੇਵਾ, ਇਹ ਮਾਣ ਮਿਲ ਸਕਦਾ ਆ। ਪਰ ਇਹਦੇ ਨਾਲ ਇਹ ਹੋਊਗਾ ਕਿ ਫਿਰ ਕਿਸੇ ਨੂੰ ਇਤਰਾਜ਼ ਨਹੀਂ ਰਹਿੰਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਦੀ ਜਿਹੜੀ ਕੀਤੀ ਆ ਨੋਮੀਨੇਸ਼ਨ ਕੀਤੀ ਆ, ਕਿਸੇ ਦੀ ਸਿਲੈਕਸ਼ਨ ਕੀਤੀ ਆ, ਅਤੇ ਜੇ ਤੁਸੀਂ ਮਰਜ਼ੀ ਕਰੋਗੇ ਤਾਂ ਫਿਰ ਸੰਗਤ ਨੂੰ ਇਹ ਇਸ ਗੱਲ ਦਾ ਇਤਰਾਜ਼ ਹੋਊਗਾ ਜਾਂ ਭਰਮ ਹੋਊਗਾ ਕਿ ਤੁਸੀਂ ਉਹਨਾਂ ਨੂੰ ਆਪਣੇ ਮੁਤਾਬਕ ਉਹਨਾਂ ਤੋਂ ਫੈਸਲੇ ਵੀ ਕਰਾਉਣ ਦੀ ਕੋਸ਼ਿਸ਼ ਕਰੋਗੇ। ਇਹ ਨਹੀਂ ਚਾਹੀਦਾ। ਇਸ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਕੱਲ੍ਹ ਮਤਾ ਲਿਆਂਦਾ ਸੀਗਾ, ਲੇਕਿਨ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੈਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ, ਉਹਨਾਂ ਨੇ ਫਿਰ ਆਪਣੀ ਜਦੋਂ ਉਹਨਾਂ ਦੀ ਜ਼ਿੰਮੇਵਾਰੀ ਸੀ ਕਰਕੇ ਉਹ ਪ੍ਰਧਾਨ ਨੇ ਅਤੇ ਅੰਤਰਿਮ ਕਮੇਟੀ ਦੇ ਮੁਖੀ ਸੀਗੇ ਉਹ, ਉਹਨਾਂ ਨੇ ਪ੍ਰਵੇਲ ਪਾਉਣ ਕਰ ਲਿਆ ਜਾਂ ਉਹਨਾਂ ਨੇ ਆਪਣੀਆਂ ਦੇਵੀਆਂ ਦਾ, ਮਾਵਾਂ ਭੈਣਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਮਤਲਬ ਆਪਣੇ ਤੋਂ ਜ਼ਿਆਦਾ ਕਰਦੇ ਹਾਂ, ਆਪਣੇ ਪੁਰਸ਼ਾਂ ਨਾਲ ਜ਼ਿਆਦਾ ਕਰਦੇ, ਬਿਕੋਜ਼ ਬਣਦਾ ਆ ਸਾਰਿਆਂ ਦਾ, ਕਰਕੇ ਇਹਨਾਂ ਨਾਲ ਇਹਨਾਂ ਨੂੰ ਕਮਜ਼ੋਰ ਸਮਝਿਆ ਗਿਆ ਬਹੁਤ ਲੰਬਾ ਸਮਾਂ। ਹੁਣ ਤਾਂ ਨਹੀਂ ਇੱਦਾਂ ਦੀ ਗੱਲ, ਚਲੋ ਹੁਣ ਤਾਂ ਬਰਾਬਰ ਹੀ ਆ ਸਾਰੇ, ਚਲੋ ਨਾਰੀ ਸ਼ਕਤੀ ਦੀ ਬੜੀ ਗੱਲ ਚੱਲਦੀ ਆ, ਨਾਰੀ ਸੁਸ਼ਸਤੀਕਰਨ ਦੀ ਬੜੀ ਗੱਲ ਚੱਲਦੀ ਆ, ਬਟ ਕਿਸੇ ਨਾਰੀ 'ਤੇ, ਕਿਸੇ ਦੇਵੀ 'ਤੇ, ਕਿਸੇ ਔਰਤ 'ਤੇ ਇੱਦਾਂ ਦੇ ਇਲਜ਼ਾਮ ਲਾਉਣੇ ਵੀ ਜਿਹੜੇ ਕਿ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੇ ਆ, ਇਹ ਨਾਰੀ ਦਾ ਅਪਮਾਨ ਆ। ਉਹ ਵਿਅਕਤੀਆਂ ਨੂੰ ਇਹ ਆਪਣੇ ਇੱਦਾਂ ਕਿਸੇ ਵੀ ਇਸਤਰੀ ਬਾਰੇ ਇੱਦਾਂ ਦੀ ਸੋਚ ਲੈ ਕੇ ਨਹੀਂ, ਅਕਾਲ ਤਖਤ ਸਾਹਿਬ ਕੋਲ ਇਹ ਜਿਹੜੀ ਉਹਨਾਂ ਨੇ ਫਰਿਆਦ ਕੀਤੀ ਆ ਉਹਦੀ ਨਹੀਂ ਸੀ ਲੋੜ। ਅਤੇ ਜਿਹੜੇ ਵਿਅਕਤੀ ਗਏ ਨੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ, ਕੁਛ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹੈਗੇ ਆ, ਅਤੇ ਉਹੀ ਸ਼੍ਰੋਮਣੀ ਅਕਾਲੀ ਦਲ ਆ ਜਿਸ ਪਾਰਟੀ ਨੇ, ਜਥੇਬੰਦੀ ਨੇ ਬੀਬੀ ਜਗੀਰ ਕੌਰ ਜੀ ਨੂੰ ਕਈ ਦਫ਼ਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ, ਉਹਨਾਂ ਦੀ ਬੇਟੀ ਦੀ ਟ੍ਰੈਜਡੀ ਤੋਂ ਬਾਅਦ ਵੀ ਪ੍ਰਧਾਨ ਬਣਾਇਆ। ਫਿਰ ਬੀਬੀ ਜਗੀਰ ਕੌਰ ਜੀ ਨੂੰ ਲੋਕ ਸਭਾ ਖਡੂਰ ਸਾਹਿਬ ਦੀ ਟਿਕਟ ਵੀ ਦਿੱਤੀ। ਉਹਨਾਂ ਨੇ 2019 'ਚ ਖਡੂਰ ਸਾਹਿਬ ਦੀ ਇਲੈਕਸ਼ਨ ਵੀ ਲੜੀ ਲੋਕ ਸਭਾ ਦੀ, ਉਹ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ। ਉਸ ਤੋਂ ਬਾਅਦ 2022 'ਚ ਉਹ ਫਿਰ ਬੇਗੋਵਾਲ ਤੋਂ ਪਲੱਥ ਤੋਂ ਉਹਨਾਂ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਅਤੇ ਮੇਰੇ ਖਿਆਲ 4 ਦਫ਼ਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਆਪਣੇ ਉਹਦੇ ਸਮੇਂ ਦੌਰਾਨ। ਅਤੇ ਫਿਰ ਤੁਸੀਂ ਦੱਸੋ ਵੀ ਜੇ ਤੁਸੀਂ ਪੋਲੀਟਿਕਸ ਕਰਨੀ ਆ ਤਾਂ ਉਹ ਕਰੋ ਸਿਆਸਤ ਦੇ ਖੇਤਰ ਵਿੱਚ, ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਅਤੇ ਤੁਸੀਂ ਆਪਣਾ ਵੀ ਘਾਟਾ ਕਰਾਓਗੇ ਅਤੇ ਧਰਮ ਦਾ ਵੀ ਨਿਰਾਦਰ ਹੁੰਦਾ ਇਸ ਗੱਲ ਦਾ ਵੀ ਤੁਸੀਂ ਕਿਸੇ ਵਿਅਕਤੀ ਦੀ ਜਿਹੜੀ ਆਪਣੀ ਉਹਦਾ ਦੁਖਾਂਤ ਆ। ਜਿਸ ਪੀੜ 'ਚੋਂ ਇੱਕ ਇਸਤਰੀ ਨੇ ਬੜਾ ਸੰਤਾਪ ਭੁਗਤਿਆ ਵਿਚਾਰੀ ਨੇ ਅਤੇ ਤੁਸੀਂ ਉਹਨੂੰ ਲੈ ਕੇ ਪੋਲੀਟਿਕਸ ਕਰ ਰਹੇ ਹੋ ਅਤੇ ਚਲੋ ਠੀਕ ਆ, ਜੈਦਾਰ ਸਾਹਿਬ ਦਾ ਹਰ ਫਰਮਾਨ ਸਾਡੇ ਸਿਰ ਮੱਥੇ ਆ, ਅਸੀਂ ਮੰਨਦੇ ਹਾਂ। ਕੋਈ ਵੀ ਉਹਨਾਂ ਨੇ ਸਾਨੂੰ ਜਿਹੜਾ ਆਦੇਸ਼ ਜਾਰੀ ਕੀਤਾ ਉਹਦਾ ਬੀਬੀ ਜਗੀਰ ਕੌਰ ਜੀ ਜਾਂ ਕੋਈ ਵੀ ਵਿਅਕਤੀ ਆ ਉਹਦਾ ਉਹ ਜਵਾਬ ਦਊਗਾ ਜੋ ਬਣਦਾ ਆ। ਲੇਕਿਨ ਐਵੇਂ ਜਿਵੇਂ ਆਪਾਂ ਉਸ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਇੱਕ ਜਿਵੇਂ ਕਹਿ ਲਓ ਕਿ ਇੱਕ ਆਪਾਂ ਜਿਹੜਾ ਸਧਾਰਨ ਇੱਕ ਕੰਪਲੇਂਟ ਸੈਂਟਰ ਕਹਿ ਲਓ ਵੀ ਉੱਥੇ ਜਿਵੇਂ ਕੋਈ ਆਪਣੇ ਹੁੰਦਾ ਆ ਪੁਲਿਸ ਸਟੇਸ਼ਨ ਹੁੰਦਾ ਜਾਂ ਕੋਈ ਕੋਰਟ ਕਚਹਿਰੀ ਹੁੰਦੀ ਆ, ਐਵੇਂ ਜਿਵੇਂ ਆਪਾਂ ਦਰਖਾਸਤਾਂ ਦੇ ਰਹੇ ਹਾਂ ਕਹੀ ਜਾ ਰਿਹਾ ਜੀ ਸਾਨੂੰ ਸਾਡੀ ਆਪਣੇ ਉਹਦੇ 'ਚ ਗੌਰਮੈਂਟ ਸਰਵਿਸ ਵਿੱਚ ਸਾਨੂੰ ਜੀ ਆਪਣੇ ਇਨਸਾਫ ਨਹੀਂ ਮਿਲਿਆ, ਸਾਡੇ ਨਾਲ ਧੱਕਾ ਕੀਤਾ ਗਿਆ। ਇਹ ਜਿਹੜਾ ਅਕਾਲ ਤਖਤ ਸਾਹਿਬ ਦਾ ਖੇਤਰ ਨਹੀਂ ਗਾ, ਜਿਹੜਾ ਵਿਧੀ ਵਿਧਾਨ ਹੈ ਅਕਾਲ ਤਖਤ ਸਾਹਿਬ ਦਾ ਉਹ ਹੈਗੀ ਜਿਹੜੀ ਮਰਿਆਦਾ ਦੀ ਪਾਲਣਾ ਕਰਾਉਣੀ ਅਤੇ ਕਰਨੀ ਅਤੇ ਸਿੱਖ ਪਰੰਪਰਾ ਦੇ ਮੁਤਾਬਕ ਫੈਸਲੇ ਕਰਨੇ ਅਤੇ ਜਿਹੜਾ ਆਪਣੇ ਸਿੱਖ ਪੰਥ ਦੀ ਵਿਚਾਰਧਾਰਾ ਆ, ਗੁਰਮਤ ਦਾ ਸਿਧਾਂਤ ਆ, ਗੁਰਮਤ ਦੇ ਅਸੂਲ ਆ ਜਾਂ ਗੁਰਸਿੱਖੀ ਦਾ ਜਿਹੜਾ ਫਲਸਫਾ, ਜੇ ਉਹਦੇ 'ਤੇ ਕੋਈ ਹਮਲਾ ਕਰਦਾ ਜਾਂ ਉਹਦੇ ਬਾਰੇ ਕੋਈ ਗਲਤ ਆਪਣੇ ਪੱਖ ਪੇਸ਼ ਕਰਦਾ ਜਾਂ ਕੋਈ ਵੀ ਲੀਡਰ ਕੋਈ ਸੰਸਥਾ ਆਪਣੇ ਇਸ ਗੱਲ ਨੂੰ ਜਿਹੜੀ ਹੈਗੀ ਆ ਉਹਦੀ ਦੁਰਵਰਤੋਂ ਕਰਨਾ ਚਾਹੁੰਦੀ ਆ ਜਾਂ ਢਾਹ ਲਾਉਣਾ ਚਾਹੁੰਦੀ ਆ, ਉਹ ਅਕਾਲ ਤਖਤ ਸਾਹਿਬ ਉਸ ਆਪਣੇ ਮੁੱਦਿਆਂ ਨੂੰ ਲੈ ਕੇ ਆਪਣਾ ਜਿਹੜਾ ਉਹਨਾਂ ਦਾ ਬਣਦਾ ਫਰਜ਼ ਉਹ ਨਿਭਾਉਂਦੇ ਆ। ਪਹਿਲਾਂ ਤੋਂ ਜਦੋਂ ਤੋਂ ਆਪਣੇ ਤਖਤ ਇਸਟੈਬਲਿਸ਼ ਹੋਇਆ ਉਦੋਂ ਤੋਂ ਇਹ ਪਰੰਪਰਾ ਚੱਲਦੀ ਆ ਅਤੇ ਗਾਂਹ ਵੀ ਚੱਲਦੀ ਰਹਿਣੀ ਆ, ਰਹਿੰਦੀ ਦੁਨੀਆ ਤੱਕ। ਪਰ ਹੁਣ ਸਿਆਸਤ ਨੂੰ ਇੰਨੇ ਨੀਵੇਂ ਲੈ ਕੇ ਜਾਣਾ ਅਤੇ ਜਿਹੜਾ ਸਾਰਾ ਕੁਛ ਸੈਟਲ ਹੋ ਗਿਆ, ਕੋਰਟਾਂ ਨੇ ਸੈਟਲ ਕਰਤਾ ਅਤੇ ਫਿਰ ਛੇ ਸੱਤ ਸਾਲ ਹੋ ਗਏ ਨੇ ਹਾਈ ਕੋਰਟ ਦੇ ਆਰਡਰ ਆਏ ਨੂੰ। ਦੇਖੋ ਇਹ ਤਾਂ ਨੈਚੁਰਲੀ ਗੱਲ ਜੁੜ ਜਾਣੀ ਆ ਟਾਈਮਿੰਗ ਨਾਲ, ਬਿਕੋਜ਼ ਇੱਕ ਮਹੀਨਾ ਬਾਅਦ ਇਲੈਕਸ਼ਨ ਹੋ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ। ਹੁਣ ਦੇਖੋ ਉਹ 'ਚ ਕੌਣ ਖੜਦਾ ਕੌਣ ਨਹੀਂ ਖੜਦਾ ਅਜੇ ਆਪਾਂ ਨਹੀਂ ਕਹਿ ਸਕਦੇ। ਚਲੋ ਇਹ ਤਾਂ ਜੀ ਹੁਣ ਆਪਾਂ ਜੈਦਾਰ ਸਾਹਿਬਾਨ ਦੇ ਮੁਤਲਕ ਉਹਨਾਂ ਦੀ ਸਟੇਚਰ ਦੇ ਸੰਬੰਧ ਵਿੱਚ ਆਪਣਾ ਏ ਪੀ ਸਿੰਘ ਜੀ ਵੀ ਕਾਂਟ ਸੀ ਐਨੀਥਿੰਗ, ਆਪਣਾ ਬਣਦਾ ਨਹੀਂ ਕਹਿਣਾ, ਬਟ ਇਹ ਅਲਟੀਮੇਟਲੀ ਇਹ ਤਾਂ ਸੈਟਲ ਹੋ ਜਾਣੀ ਆ। ਬਿਕੋਜ਼ ਜਦੋਂ ਮੈਂ ਤੁਹਾਡਾ ਪੁਆਇੰਟ ਜਿਹੜਾ ਹੈ ਨਾ ਉਹਦੇ 'ਤੇ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦਿੰਦਾ, ਜਦੋਂ ਇਹ ਵਿਅਕਤੀ ਗਏ ਆ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਫਰੋਮ ਅੰਮ੍ਰਿਤਸਰ, ਉਦੋਂ ਜੈਦਾਰ ਸਾਹਿਬਾਨ ਨੇ ਇਹਨਾਂ ਦੀ ਕਾਫੀ ਝਾੜ ਝੰਬ ਕੀਤੀ ਵੀ ਤੁਸੀਂ ਆਹ ਕੀ ਸਮਝ ਲਿਆ, ਤੁਸੀਂ ਜੋ ਆਪਣੇ ਦਰਖਾਸਤਾਂ ਲੈ ਕੇ ਆਉਂਦੇ ਹੋ ਇਹ ਗੱਲ ਵੀ ਹੋਈ ਆ। ਦੈਟ ਮੀਨਸ ਜੈਦਾਰ ਸਾਹਿਬਾਨ ਨੂੰ ਵੀ ਇਸ ਗੱਲ ਦਾ ਫੀਲ ਹੋਇਆ ਵੀ ਇਹ ਗਲਤ ਆ।
ਨੋਟਿਸ ਕੱਢਤਾ ਉਹਨਾਂ ਨੇ, ਨੋਟਿਸ ਦਾ ਨਿਪਟਾਰਾ ਹੋ ਜਾਊਗਾ, ਵਿਦ ਇਨ ਟਾਈਮ ਹੋ ਜਾਊਗਾ। ਇਹ ਗੱਲ ਨਹੀਂ, ਹੁਣ ਮੈਂ ਕਹਿ ਨਹੀਂ ਸਕਦਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਆ ਜਾਂ ਕਿਸੇ ਨੂੰ ਚੱਕ ਥਲ ਕੇ ਭੇਜਿਆ ਗਿਆ, ਬਟ ਇਹ ਜਿਹੜੇ ਡੋਟਸ ਜੁੜ ਜਾਂਦੇ ਆ, ਜੁੜਦੇ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਹੁੰਦੇ ਆ। ਬਟ ਇਟ ਕੈਨ ਬੀ ਸਮਥਿੰਗ ਲਾਈਕ ਦੈਟ ਜੀ, ਇਟ ਕੈਨ ਬੀ ਸਮਥਿੰਗ ਲਾਈਕ ਦੈਟ, ਬਟ ਦ ਫਿੰਗਰ ਪੁਆਇੰਟਸ ਟੂਵਰਡਸ ਦੈਟ ਡਾਇਰੈਕਸ਼ਨ। ਬਟ ਮੈਂ ਇਹ ਨਹੀਂ ਕਹਿੰਦਾ ਵੀ ਦੇਖੋ ਅੱਜ ਤੱਕ ਕੋਈ ਕੈਂਡੀਡੇਟ ਅਨਾਊਂਸ ਨਹੀਂ ਹੋਇਆ, ਕਿਹਨੇ ਇਲੈਕਸ਼ਨ ਲੜਨੀ ਅਜੇ, ਹਾਂ ਉਹ ਤਾਂ ਇਲੈਕਸ਼ਨ ਹੋਣੀ ਹੈ ਜੀ। ਬਟ ਚਲੋ ਬਿਕੋਜ਼ ਬੀਬੀ ਜਗੀਰ ਕੌਰ ਜੀ ਪ੍ਰਧਾਨ ਰਹੇ ਨੇ ਅਤੇ ਉਹ ਆਪਣੇ ਹੁਣ ਵੀ ਉਹਨਾਂ ਦੇ ਮੈਂਬਰਸ ਕਾਫੀ ਉਹਨਾਂ ਦੇ ਨਾਲ ਹੈਗੇ ਆ, ਉਹਨਾਂ ਦੀ ਐਡਮਿਨਿਸਟ੍ਰੇਟਿਵ ਜਿਹੜੀ ਹੈਗੀ ਆ ਹੈਂਡਲਿੰਗ ਐਸ ਜੀ ਪੀ ਸੀ ਦੀ ਸਾਰਿਆਂ ਨੇ ਬੜਾ ਮਤਲਬ ਤਸੱਲੀ ਉੱਥੇ ਆਪਣੇ ਕੀਤੀ ਆ। ਸੋ ਜਿਹੜਾ ਹੈਗਾ ਆਪਣੇ ਸਿੰਘ ਸਭਾਨਾ ਦਾ ਤਾਂ ਜਿਹੜਾ ਮੇਜਰ ਇਸ਼ੂ ਸੀਗਾ, ਜਿਸ ਗੱਲ ਕਰਕੇ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਨੁਕਸਾਨ ਹੋਇਆ, ਇੰਨਾ ਨਿਗਾਰ ਆਇਆ, ਜਾਂ ਅਸੀਂ ਇੰਨਾ ਕਮਜ਼ੋਰ ਹੋਏ ਆ, ਸਭ ਤੋਂ ਜਿਹੜਾ ਵੱਡਾ ਮੁੱਦਾ ਜਾਂ ਇਸ਼ੂ ਜਾਂ ਇਸ ਵੇਲੇ ਜਿਹੜਾ ਮਸਲਾ ਆ ਸਿੰਘ ਸਭਾਨਾ ਦੇ ਸਾਹਮਣੇ, ਉਹ ਹੈਗੀ ਆ ਵੀ ਜਿਹੜਾ ਉੱਥੇ ਆਪਣੇ ਗਏ ਹਾਂ, ਅਸੀਂ ਆਪਣੇ ਬੇਨਤੀ ਕਰਕੇ ਆਏ ਹਾਂ ਵੀ ਜਿਹੜੇ ਬਜਰ ਗੁਨਾਹ ਹੋਏ, ਗਲਤੀਆਂ ਹੋਈਆਂ ਜਾਂ ਸਾਡੇ ਤੋਂ ਗਲਤ ਫੈਸਲੇ ਲੈ ਗਏ ਹੋਏ, ਜਿਨ੍ਹਾਂ ਕਰਕੇ ਅੱਜ ਅਸੀਂ ਇਹ ਸਾਰਾ ਸੰਤਾਪ ਹੰਡਾ ਰਹੇ ਹਾਂ, ਜਾਂ ਸਾਡੀ ਇੰਨੀ ਆਪਣੇ ਹਾਲਾਤ ਪਤਲੀ ਹੋ ਗਈ ਜੋ ਸਿੰਘ ਸਾਹਿਬ ਨੇ ਉੱਥੋਂ ਅਕਾਲ ਤਖਤ ਸਾਹਿਬ ਤੋਂ ਵੀ ਆਪਣੇ ਹੁਕਮ ਰਾਹੀਂ ਇਹ ਸਾਰੀ ਸੰਗਤ ਨੂੰ ਆਪਣੇ ਜਿਹੜਾ ਫਰਮਾਨ ਦਿੱਤਾ ਸੀਗਾ। ਸੋ ਇਸ ਕਰਕੇ ਇਹ ਗਲਤਾਂ ਨਾਲ ਜੋੜੀ ਜਾ ਸਕਦੀ ਆ, ਪਰ ਚਲੋ ਉਹ ਤਾਂ ਦੈਟ ਇਜ਼ ਅ ਡਿਫਰੈਂਟ ਇਸ਼ੂ, ਉਹ ਤਾਂ ਸਾਰਾ ਪੰਥ ਦੇਖ ਰਿਹਾ। ਪਹਿਲਾਂ ਵੀ ਸਿੰਘ ਸਭਾਨ ਦਾ ਫੈਸਲਾ ਜੋ ਪੰਥ ਦੀ ਭਾਵਨਾ ਸੀ ਉਹਦੇ ਮੁਤਾਬਕ ਆਇਆ, ਹੁਣ ਵੀ ਪੰਥ ਨੂੰ ਆਸ ਆ ਸਾਰੇ ਆਪਣੇ ਸੰਸਥਾਵਾਂ ਨੂੰ, ਪੰਥ ਦੇ ਪੈਰੋਕਾਰਾਂ ਨੂੰ, ਕਿ ਜਿਹੜਾ ਹੁਣ ਫੈਸਲਾ ਆਊਗਾ ਉਹ ਵੀ ਜੋ ਪਰੰਪਰਾ ਆ, ਜੋ ਸਿਧਾਂਤ ਆ, ਵਿਧੀ ਵਿਧਾਨ ਆ, ਉਹਦੇ ਮੁਤਾਬਕ ਆਊਗਾ। ਹਾਂਜੀ, ਨਹੀਂ ਜੀ ਅਸੀਂ ਤਾਂ ਕਿਹਾ ਹੀ ਨਹੀਂ ਜੀ ਵੀ ਉਹਨਾਂ ਦੇ ਬਰਖਿਲਾਫ਼ ਕਾਰਵਾਈ ਕਰਨੀ ਚਾਹੀਦੀ ਆ, ਇੱਦਾਂ ਨਹੀਂ ਹੈਗਾ। ਇਹ ਤਾਂ ਇਹ ਮਤਲਬ ਇਹ ਤਾਂ ਕਾਊਂਟਰ ਕਾਰਵਾਈ ਕਰਨ ਦੀ ਕੀ ਲੋੜ ਆ, ਜਦੋਂ ਸਿੰਘ ਸਭਾਨ ਨੇ ਫੈਸਲਾ ਕਰ ਦੇਣਾ ਵੀ ਇਹਦੇ ਪਿੱਛੇ ਕੋਈ ਆਧਾਰ ਨਹੀਂ, ਕੋਈ ਪਰੂਫ ਨਹੀਂ। ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਪਰੂਫ ਕੀ ਆ, ਪਰੂਫ ਤਾਂ ਲਿਆ ਕੋਈ, ਦੱਸੋ ਤੁਹਾਡੇ ਕੋਲ ਕੋਈ ਹੈ ਐਨੀ ਡਾਕੂਮੈਂਟਰੀ ਪਰੂਫ ਆ, ਐਨੀ ਤੁਹਾਡੇ ਕੋਲ ਕੋਈ ਹੋਰ ਕਿਸੇ ਕਿਸਮ ਦਾ ਵੀ ਤੁਹਾਡੇ ਕੋਲ ਸਬੂਤ ਹੈਗਾ, ਤਾਂ ਫਿਰ ਤਾਂ ਤੁਸੀਂ ਆਪਣੇ ਕੰਪਲੇਂਟ ਕਰਨ ਵਾਸਤੇ ਤੁਸੀਂ ਆਏ ਹੋ, ਤਾਂ ਤੁਹਾਡੀ ਗੱਲ ਨੂੰ ਅਸੀਂ ਐਕਸੈਪਟ ਕਰ ਸਕਦੇ ਹਾਂ, ਕੋਈ ਪਰੂਫ ਨਹੀਂ ਸੀ ਉਹਨਾਂ ਕੋਲ। ਸੋ ਦੈਟ ਮੀਨਸ ਇਹ ਤਾਂ ਸੈਟਲ ਹੋ ਜਾਣੀ ਆ ਦ ਕੰਪਲੇਂਟ, ਪਰ ਆਪਾਂ ਕਾਊਂਟਰ ਉਹਦੇ 'ਤੇ ਕੀ ਉਹ ਕਰਨਾ, ਆਪ ਹੀ ਉਹਨਾਂ ਨੂੰ ਗੁਰੂ ਸਾਹਿਬ ਮਤ ਬਖਸ਼ਣਗੇ ਵੀ ਇੱਦਾਂ ਦੇ ਆਪਣੇ ਮਸਲੇ ਜਿਹੜੇ ਆ ਕਿਸੇ ਵਿਅਕਤੀ ਦੇ ਆਪਣੇ ਜਿਹਨੂੰ ਪੀੜ ਹੁੰਦੀ ਆ ਜਾਂ ਉਹ ਆਪਣੇ ਉਹਨੂੰ ਦੁੱਖ ਲੱਗਦਾ ਆ, ਖਾਸ ਕਰ ਕਿਸੇ ਇਸਤਰੀ ਨਾਰੀ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਪੋਲੀਟਿਕਸ ਨੂੰ ਆਪਣੇ ਜਾਂ ਆਪਣੇ ਮਫਾਜ਼ ਨੂੰ, ਆਪਣੇ ਇੰਟਰਸਟ ਨੂੰ, ਚਾਹੇ ਪੋਲੀਟੀਕਲ ਹੋਵੇ ਜਾਂ ਰਿਲੀਜੀਅਸ ਹੋਵੇ ਜਾਂ ਸੋਸ਼ਲ ਹੋਵੇ, ਉਹਨੂੰ ਇੰਨਾ ਨੀਵਾਂ ਨਹੀਂ ਲੈ ਕੇ ਆਉਣਾ ਚਾਹੀਦਾ। ਕੁਛ ਨਾ ਕੁਛ ਤੁਹਾਡਾ ਕਰੈਕਟਰ ਚਾਹੀਦਾ ਹੈ, ਤੁਹਾਡਾ ਕਿਰਦਾਰ ਚਾਹੀਦਾ, ਉਹਦੇ ਮੁਤਾਬਕ ਤੁਹਾਨੂੰ ਆਪਣੇ ਜਿਹੜਾ ਰੋਲ ਅਦਾ ਕਰਨਾ ਚਾਹੀਦਾ। ਨਹੀਂ ਤਾਂ ਫਿਰ ਤੁਸੀਂ ਜਿੱਦਾਂ ਦੀ ਤੁਹਾਡੀ ਸੋਚ ਆ ਤੁਸੀਂ ਉਹ ਕੰਮ ਕਰਦੇ ਹੋ, ਪਰ ਅਲਟੀਮੇਟਲੀ ਇਟ ਫਾਲਸ ਬੈਕ ਅਪੋਨ ਦੈਮ ਓਨਲੀ, ਅਲਟੀਮੇਟਲੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਹੈਗਾ ਆ ਖਮਿਆਜ਼ਾ ਭੁਗਤਣਾ ਪਊਗਾ, ਉਹ ਸਮਾਂ ਆਪ ਹੀ ਦੱਸ ਦੂਗਾ ਜੀ। ਠੀਕ ਹੈ ਜੀ, ਥੈਂਕ ਯੂ ਜੀ।